ਸਸ਼ਿਕਾਲ ਮੈਂ ਹਾਂ ਦਲਜੀਤ ਸਿੰਘ ਤੇ ਤੁਸੀਂ ਦੇਖ ਰਹੇ ਹੋ ਟਾਪ ਪੰਜਾਬ ਟੀਵੀ। ਯਾਰੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਹਾਲ ਹੀ ਵਿੱਚ ਦੀਪ ਮਠਾਰੂ ਨੇ ਕੁੜੀ ਦੇ ਪਿੱਛੇ ਲੱਗ ਦਵਾਈ ਖਾ ਲਈ, ਜਿਸ ਤੋਂ ਬਾਅਦ ਉਸ ਦੀ ਹਾਲਤ ਬਹੁਤ ਹੀ ਜ਼ਿਆਦਾ ਖਰਾਬ ਹੋ ਗਈ। ਪਰ ਲੋਕਾਂ ਨੇ ਉਸ ਨਾਲ ਅਫਸੋਸ ਕਰਨ ਦੀ ਬਜਾਏ ਉਸ ਨੂੰ ਬੈਡ ਕਮੈਂਟ ਕਰਨੇ ਸ਼ੁਰੂ ਕਰ ਦਿੱਤੇ, ਕਿਉਂਕਿ ਲੋਕਾਂ ਦਾ ਮੰਨਣਾ ਸੀ ਕਿ ਦੀਪ ਮਠਾਰੂ ਨੇ ਗਲਤ ਕੀਤਾ ਹੈ। ਦੀਪ ਮਠਾਰੂ ਨੇ ਕੁੜੀ ਪਿੱਛੇ ਲੱਗ ਸਲਫਾਸ ਖਾਧੀ ਹੈ ਤੇ ਆਪਣੇ ਮਾਪਿਆਂ ਦਾ ਨਹੀਂ ਸੋਚਿਆ। ਸੋ ਯਾਰੋ ਹੁਣ ਦੀਪ ਮਠਾਰੂ ਨੇ ਠੀਕ ਹੋਣ ਤੋਂ ਬਾਅਦ ਇੱਕ ਵੀਡੀਓ ਪਾਈ ਹੈ ਤੇ ਨਾਲ ਹੀ ਇੱਕ ਸਟੋਰੀ ਸਾਂਝੀ ਕੀਤੀ ਹੈ ਜਿਸ ਵਿੱਚ ਲਿਖਿਆ ਹੈ, ਮਾਫ ਕਰ ਦਿਓ ਪਲੀਜ਼ ਆਲ ਫਰੈਂਡਸ, ਜੇ ਕਿਸੇ ਨੂੰ ਦੁੱਖ ਲੱਗਾ ਹੋਵੇ ਪਲੀਜ਼ ਪਲੀਜ਼, ਹੁਣ ਵੈਸੇ ਠੀਕ ਹਾਂ ਮੈਂ, ਪਲੀਜ਼ ਮਾਫ ਕਰ ਦਿਓ, ਗਲਤੀ ਹਰ ਕਿਸੇ ਕੋਲ ਹੁੰਦੀ ਹੈ ਇੱਕ ਵਾਰ, ਮੈਂ ਸੋਰੀ ਫੀਲ ਕਰਦਾ ਵਾਂ। ਸੋ ਆਓ ਯਾਰੋ ਤੁਹਾਡੇ ਨਾਲ ਦੀਪ ਮਠਾਰੂ ਦੀ ਉਹ ਵੀਡੀਓ ਵੀ ਸਾਂਝੀ ਕਰਦੇ ਹਾਂ ਜੋ ਉਸਨੇ ਸਲਫਾਸ ਖਾਣ ਤੋਂ ਬਾਅਦ ਪਹਿਲੀ ਵਾਰ ਆਪਣੀ ਆਈਡੀ ਤੇ ਅਪਲੋਡ ਕੀਤੀ। ਸੋ ਆਓ ਤੁਹਾਡਾ ਬਹੁਤਾ ਟਾਈਮ ਨਾ ਲੈਂਦੇ ਹੋਏ ਵੱਧਦੇ ਹਾਂ ਉਸ ਵੀਡੀਓ ਵੱਲ। ਇਹ ਵੀਡੀਓ ਉਹਨਾਂ ਲਈ ਹੈ ਜੋ ਆਪਣੀ ਆਈਡੀ ਤੇ ਗਲਤ ਕਮੈਂਟ ਪੜ੍ਹ ਕੇ ਡੀਮੋਟੀਵੇਟ ਹੋ ਜਾਂਦੇ ਆ। ਹਮੇਸ਼ਾ ਯਾਦ ਰੱਖਣਾ, ਭੌਂਕਣ ਵਾਲੇ ਕੁੱਤੇ ਦੇ ਵੱਟਾ ਮਾਰੋਗੇ ਤਾਂ ਤੁਹਾਡੇ ਮਗਰ ਪਏਗਾ, ਜੇ ਸਾਈਡ ਤੋਂ ਲੰਘ ਜਾਓਗੇ ਤਾਂ ਤੁਸੀਂ ਆਪਣੀ ਮੰਜ਼ਿਲ ਵੱਲ ਜ਼ਰੂਰ ਪਹੁੰਚੋਗੇ। ਸੋ ਆਪਣੀ ਮੰਜ਼ਿਲ ਵੱਲ ਧਿਆਨ ਦੇਵੋ, ਭੌਂਕਣ ਵਾਲੇ ਕੁੱਤੇ ਬਥੇਰੇ। ਇਹ ਵੀਡੀਓ ਉਹਨਾਂ ਲਈ ਹੈ ਜੋ ਆਪਣੀ ਆਈਡੀ ਤੇ ਗਲਤ ਕਮੈਂਟ ਪੜ੍ਹ ਕੇ ਡੀਮੋਟੀਵੇਟ ਹੋ ਜਾਂਦੇ ਆ। ਹਮੇਸ਼ਾ ਯਾਦ ਰੱਖਣਾ, ਭੌਂਕਣ ਵਾਲੇ ਕੁੱਤੇ ਦੇ ਵੱਟਾ ਮਾਰੋਗੇ ਤਾਂ ਤੁਹਾਡੇ ਮਗਰ ਪਏਗਾ, ਜੇ ਸਾਈਡ ਤੋਂ ਲੰਘ ਜਾਓਗੇ ਤਾਂ ਤੁਸੀਂ ਆਪਣੀ ਮੰਜ਼ਿਲ ਵੱਲ ਜ਼ਰੂਰ ਪਹੁੰਚੋਗੇ। ਸੋ ਆਪਣੀ ਮੰਜ਼ਿਲ ਵੱਲ ਧਿਆਨ ਦੇਵੋ, ਭੌਂਕਣ ਵਾਲੇ ਕੁੱਤੇ ਬਥੇਰੇ। ਹਾਂਜੀ ਮਿੱਤਰੋ, ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਸੀਂ ਦੀਪ ਮਠਾਰੂ ਨੂੰ ਸਪੋਰਟ ਕਰਦੇ ਹੋ ਜਾਂ ਫਿਰ ਨਹੀਂ, ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਸੋ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਨਾਲ, ਹੁਣ ਸਾਨੂੰ ਦਿਓ ਇਜਾਜ਼ਤ ਤੇ ਤੁਸੀਂ ਦੇਖਦੇ ਰਹੋ ਆਪਣਾ ਹੀ ਚੈਨਲ ਟਾਪ ਪੰਜਾਬ ਟੀਵੀ।